ਜ਼ਰਾ ਗੌਰ ਦੇ ਨਾਲ ਦੇਖੋ ਇਹ ਸੀਸੀਟੀਵੀ ਤਸਵੀਰਾਂ। ਇੱਕ ਸ਼ਖਸ ਆਇਆ ਜਿਸਨੇ ਤਿੰਨ ਦੁਕਾਨਾਂ ਤੇ ਮਿੱਟੀ ਦਾ ਤੇਲ ਪਾਇਆ ਤੇ ਅੱਗ ਦੇ ਹਵਾਲੇ ਕਰ ਦਿੱਤਾ। ਦਰਅਸਲ ਇਹ ਦੁਕਾਨਾਂ ਬੁਟੀਕ ਦੀਆਂ ਨੇ। ਬੁਟੀਕ ਚਲਾਉਣ ਵਾਲੀ ਮਹਿਲਾ ਦੇ ਨਾਲ ਖਾਰ ਰੱਖਦਾ ਸੀ, ਇਸ ਕਰਕੇ ਉਸ ਦੀਆਂ ਤਿੰਨ ਦੁਕਾਨਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਗਿਆ। 8 ਤੋਂ 9 ਲੱਖ ਦਾ ਨੁਕਸਾਨ ਹੋ ਗਿਆ। ਮਹਿੰਗੀਆਂ ਮਸ਼ੀਨਾਂ ਏਸੀ ਇਸ ਦੇ ਵਿੱਚ ਰੱਖੇ ਹੋਏ ਸੀ ਜੋ ਸੜ ਕੇ ਸਵਾਹ ਹੋ ਚੁੱਕੇ ਨੇ। ਬੁਟੀਕ ਵਾਲੀ ਮਹਿਲਾ ਦੇ ਨਾਲ ਇਹ ਸ਼ਖਸ ਖਾਰ ਰੱਖਦਾ ਸੀ, ਜਦੋਂ ਅੱਗ ਲਗਾ ਕੇ ਭੱਜਣ ਲੱਗਿਆ ਤਾਂ ਖੁਦ ਇਸ ਨੂੰ ਵੀ ਅੱਗ ਲੱਗ ਜਾਣੀ ਸੀ ਔਰ ਇਹ ਵੀ ਅੱਗ ਦੀ ਲਪੇਟ ਵਿੱਚ ਆਇਆ ਹੋਣਾ, ਜੋ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ 'ਤੇ ਦਿਸ ਰਿਹਾ। ਮੋਗਾ ਦੇ ਬੱਧਨੀ ਕਲਾ ਦੀਆਂ ਇਹ ਤਸਵੀਰਾਂ ਨੇ ਜਿੱਥੇ ਪੁਰਾਣੀ ਕਿੜ ਕੱਢਣ ਦੇ ਲਈ ਇੱਕ ਸ਼ਖਸ ਦੇ ਵੱਲੋਂ ਬੁਟੀਕ ਦੀਆਂ ਤਿੰਨ ਦੁਕਾਨਾਂ ਨੂੰ ਅੱਗ ਲਗਾਈ ਗਈ। ਪਹਿਲਾਂ ਇੱਕ ਦੁਕਾਨ ਇਸ ਸ਼ਖਸ ਦੇ ਕੋਲ ਸੀ, ਮਾਲਕਾਂ ਨੇ ਇਸ ਨੂੰ ਕੱਢ ਕੇ ਬੁਟੀਕ ਵਾਲੀ ਮਹਿਲਾ ਨੂੰ ਦੁਕਾਨ ਦੇ ਦਿੱਤੀ। ਬਸ ਇਸ ਗੱਲ ਤੋਂ ਹੀ ਇਹ ਖਿਝਿਆ ਹੋਇਆ ਸੀ। ਕਈ ਵਾਰ ਇਹਨਾਂ ਦਾ ਰਾਜ਼ੀਨਾਮਾ ਵੀ ਹੋਇਆ, ਥਾਣੇ ਗੱਲ ਪਹੁੰਚ ਗਈ, ਪਰ ਇਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ। ਬੀਤੀ ਅੱਧੀ ਰਾਤ ਇਸ ਦੇ ਵੱਲੋਂ ਦੁਕਾਨ 'ਤੇ ਮਿੱਟੀ ਦਾ ਤੇਲ ਪਾ ਕੇ ਉਹਨਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਮੇਰਾ ਬੁਟੀਕ ਦਾ ਕੰਮ ਆ ਵੀਰੇ, 25-30 ਸਾਲ ਤੋਂ ਇੱਥੇ ਕੰਮ ਕਰਦੀ ਹਾਂ ਮੈਂ ਇਹਨਾਂ ਦੀਆਂ ਦੁਕਾਨਾਂ 'ਚ, ਅਤੇ ਮੇਰੇ ਬਸ ਵੀ ਜੋ ਲੜਾਈ ਹੋਈ ਆ ਇਹ ਪਹਿਲਾਂ 4-5 ਮਹੀਨੇ ਤੋਂ ਹੁਣ ਮੇਰੇ ਨਾਲ ਬਹਿਸ ਕਰਦਾ ਸੀਗਾ, ਅਤੇ ਸਾਡਾ ਵੀ ਇਹਨੇ ਮੇਰੀਆਂ ਦੁਕਾਨਾਂ 'ਤੇ ਪਹਿਲਾਂ ਕੈਮਰੇ ਭੰਨ ਅਤੇ ਸ਼ੀਸ਼ੇ ਭੰਨ, ਅਤੇ ਉਦੋਂ ਸਾਡਾ ਰਾਜ਼ੀਨਾਮਾ ਹੋ ਗਿਆ ਸੀ, ਅਤੇ ਮੁੜ ਕੇ ਇਹ ਬਾਅਦ ਦੇ ਵਿੱਚ ਮੇਰੇ ਨਾਲ ਹਟਿਆ ਹੀ ਨਹੀਂ, ਹਰਕਤਾਂ ਕਾਰਨ ਹਟਿਆ ਹੀ ਨਹੀਂ। ਕੱਲ੍ਹ ਪਰਸੋਂ ਸਾਡੀ ਇਹੋ ਜਿਹੀ ਲੜਾਈ ਹੋਈ, ਅਸੀਂ ਇਹਨੂੰ ਥਾਣੇ ਛੱਡ ਕੇ ਆਏ, ਇਹ ਥਾਣੇ 'ਚੋਂ ਭੱਜਿਆ ਆ। ਉਦੋਂ ਬਾਅਦ ਦੇ ਵਿੱਚ ਜਦੋਂ ਮੈਂ ਆਪਦੇ ਘਰ ਚਲੀ ਗਈ ਦੁਕਾਨਾਂ ਬੰਦ ਕਰਕੇ, ਅਤੇ ਇਹਨੇ ਰਾਤ ਨੂੰ ਪੂਰੇ 1 ਵਜੇ ਸਾਡੀ ਦੁਕਾਨਾਂ ਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਕੌਣ ਹੈ ਤੁਹਾਡੇ ਨਾਲ? ਇਹ ਛੋਟੀ ਬੱਧਨੀ ਦਾ ਹੈ। ਰੰਜਿਸ਼ ਕੀ ਹੈ ਤੁਹਾਡੀ? ਮੇਰੀ ਰੰਜਿਸ਼ ਇਹ ਸੀਗੀ ਕਿ ਨਾਲ ਦੀ ਦੁਕਾਨ 'ਤੇ ਇਹ ਕੰਮ ਕਰਦਾ ਸੀਗਾ, ਅਤੇ ਮਾਲਕ ਮਕਾਨਾਂ ਵਾਲਿਆਂ ਨੇ ਇਹਨੂੰ ਦੁਕਾਨ ਖਾਲੀ ਕਰਾ ਕੇ ਸਾਨੂੰ ਦੁਕਾਨ ਕਿਰਾਏ 'ਤੇ ਦਿੱਤੀ ਸੀ, ਅਤੇ ਅਸੀਂ ਇਹ ਦੁਕਾਨ ਲੈ ਲਈ। ਲੈ ਕੇ ਬਾਅਦ ਦੇ ਵਿੱਚ ਇਹਨੂੰ ਇਹੀ ਜੈਲਸੀ ਹੋਈ ਵੀ ਮੈਡਮ ਨੇ ਦੁਕਾਨ ਕਾਹਤੋਂ ਲਈ ਹੈ, ਇਹਨੇ ਮੈਨੂੰ ਮਿੱਟੀ ਦਾ ਤੇਲ ਪਾ ਕੇ 3 ਦੁਕਾਨਾਂ ਨੂੰ ਅੱਗ ਲਾ ਦਿੱਤੀ। 3 ਦੁਕਾਨਾਂ ਸੀ? ਹਾਂਜੀ। ਇਹ ਬੁਟੀਕ ਦੀਆਂ ਸੀ। ਕਿੰਨਾ ਕੁ ਨੁਕਸਾਨ ਹੋ ਗਿਆ? ਮੇਰਾ ਹੋ ਗਿਆ 8-9 ਲੱਖ ਦਾ ਨੁਕਸਾਨ। ਕੀ ਕੀ ਸੜ ਗਿਆ? ਸਾਰਾ ਕੁਛ ਸੜ ਗਿਆ, ਕੁਛ ਵੀ ਨਹੀਂ ਬਚਿਆ। ਮਸ਼ੀਨਾਂ ਵੀ ਸੜ ਗਈਆਂ, ਇਲੈਕਟ੍ਰੋਨਿਕ ਮਸ਼ੀਨਾਂ ਕਢਾਈ ਵਾਲੀਆਂ ਸੀਗੀਆਂ ਮੇਰੀਆਂ, ਏਸੀ ਸੀਗਾ, ਜਨਰੇਟਰ ਸੀਗਾ, ਸਾਰਾ ਕੁਛ ਸੜ ਗਿਆ, ਡੱਕਾ ਨਹੀਂ ਬਚਿਆ ਮੇਰਾ। ਸਾਡੇ ਥਾਣੇ ਪਹੁੰਚ ਕੇ ਕਰਮਜੀਤ ਕੌਰ ਨੇ ਆਪਣਾ ਬਿਆਨ ਲਿਖਾਇਆ ਵੀ ਸਾਡੀ ਰਿਸ਼ਪਾਲ ਸਿੰਘ ਬਦਨੀ ਖੁਰਦ ਦਾ ਇੱਕ ਆਦਮੀ ਸੀਗਾ, ਉਹਦੇ ਨਾਲ ਕੋਈ ਪੁਰਾਣੀ ਦਰਖਾਸਤਬਾਜ਼ੀ ਰੰਜਿਸ਼ ਚੱਲਦੀ ਸੀ, ਅਤੇ ਉਹ ਰਾਤ ਨੂੰ 1 ਵਜੇ ਕਰੀਬ ਸਾਡੀਆਂ ਦੁਕਾਨਾਂ 'ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ। ਇੱਕ ਦੁਕਾਨ ਦੇ ਵਿੱਚ ਉਹਦੀ ਆਰਜੀ ਰੈਸ਼ ਵੀ ਰੱਖੀ ਹੋਈ ਸੀ, ਤਾਂ ਉਹਦੇ ਵਿੱਚ ਕਾਫੀ ਨੁਕਸਾਨ ਹੋ ਗਿਆ। ਕਿੰਨਾ ਕੁ ਨੁਕਸਾਨ ਹੋ ਜਾਵੇ? ਨੁਕਸਾਨ ਕਰੀਬ 8 ਕੁ ਲੱਖ ਰੁਪਏ ਤੱਕ ਜੀ। ਸੀਸੀਟੀਵੀ ਵੀ ਸਾਹਮਣੇ ਆਈ ਹੈ ਜੀ? ਫੋਟੋ ਸੀਸੀਟੀਵੀ ਹੈਗੀ ਹੈ ਜੀ, ਉਹਦੇ ਆਧਾਰ 'ਤੇ ਹੀ ਤਾਂ ਦੋਸ਼ੀ ਪ੍ਰਾਪਤ ਹੋਏ ਨੇ। ਪਰਚਾ ਦਰਜ ਕਰਤਾ? ਹਾਂਜੀ, ਕਦਮਾ ਨੰਬਰ 52 ਦਰਜ ਕਰਕੇ ਤਫਤੀਸ਼ ਜਾਰੀ ਆ, ਦੋਸ਼ੀ ਕਲਾਸ ਜਾਰੀ। ਬੰਦਾ ਰੰਜਿਸ਼ ਕੀ ਸੀਗੀ ਇਹਦੇ ਨਾਲ? ਇਹਨਾਂ ਦੀ ਪਹਿਲਾਂ ਕੋਈ ਆਪਸ ਮੇ ਦੁਕਾਨ, ਇੱਕ ਪਹਿਲਾਂ ਇਹਦੇ ਨਾਲ ਦੀ ਦੁਕਾਨ ਕਰਦਾ ਸੀ, ਅਤੇ ਮਕਾਨ ਮਾਲਕ ਨੇ ਇਹਦੇ ਤੋਂ ਦੁਕਾਨ ਖੋ ਕੇ ਕਰਮਜੀਤ ਕੌਰ ਨੂੰ ਦੇ ਦਿੱਤੀ। ਉਹਦੇ ਸੰਬੰਧ 'ਚ ਇਹਨਾਂ ਦੇ ਆਪਸ ਮੇ ਪਹਿਲਾਂ ਵੀ ਦਰਖਾਸਤਬਾਜ਼ੀ ਹੋਈ, ਉਹ ਦਰਖਾਸਤਾਂ ਦੇ ਸੰਬੰਧ ਵਿੱਚ ਪਹਿਲਾਂ ਇਹਨਾਂ ਦੀ ਪੁਰਾਣੀ ਰੰਜਿਸ਼ ਕਰਕੇ ਉਹਨੇ ਫਿਰ ਗੁੱਸੇ ਵਿੱਚ ਆ ਕੇ